ਉਹਨਾਂ ਨੇ ਐਮਏ ਇੰਗਲਿਸ਼ ਦੀ ਕੀਤੀ ਫਿਰ ਐਮਏ ਹਿੰਦੀ ਦੀ ਕੀਤੀ ਤੇ ਬੀਬੀਸੀ ਦੇ ਵਿੱਚ ਉਹ ਅਨਾウンਸਰ ਹਿੰਦੀ ਦੇ ਸੀ ਪਰ ਲਿਟਰੇਚਰ ਉਹਨਾਂ ਨੇ ਆਪਣੀ ਮਤਲਬ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਲਿਖਿਆ ਇਹ ਇੱਕ ਦਿਲਚਸਪ ਗੱਲ ਹੈ ਉਹਨਾਂ ਦੇ ਬਾਰੇ ਇੱਕ ਜਿਹੜੀ ਪਾਰਟੀਸ਼ਨ ਸਾਡੇ ਐਡਾ ਵੱਡਾ ਦੁਖਾਂਤ ਆ ਪੰਜਾਬੀਆਂ ਦੇ ਲਈ ਉਹਦੇ ਤੇ ਗਰਮ ਹਵਾ ਜਿਹੜੀ ਫਿਲਮ ਬਣੀ ਸੀ ਉਹਨਾਂ ਚ ਉਹਨਾਂ ਨੇ ਇੱਕ ਇਦਾਂ ਦੇ ਮੁਸਲਮਾਨ ਕਰੈਕਟਰ ਨੂੰ ਜਿਉਂਦਾ ਕੀਤਾ ਜਿਹੜਾ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਪਾਕਿਸਤਾਨ ਜਦੋਂ ਗਏ ਮੇਰਾ ਪਾਕਿਸਤਾਨੀ ਸਫਰਨਾਮਾ ਲਿਖਿਆ ਫਿਰ ਰਸ਼ੀਆ ਦਾ ਜਦੋਂ ਗਏ ਮੇਰਾ ਰੂਸੀ ਸਫਰਨਾਮਾ ਲਿਖਿਆ ਤੇ ਫਿਰ ਫਿਲਮ ਇੰਡਸਟਰੀ ਕਿਵੇਂ ਕੰਮ ਕਰਦੀ ਹੈ ਉਹਦੇ ਤੇ ਵੀ ਉਹਨਾਂ ਨੇ ਇੱਕ ਸਫਰਨਾਮਾ ਲਿਖਿਆ ਸੋ ਇਹ ਉਹਨਾਂ ਦੀ ਇੱਕ ਦੇਣ ਹੈਗੀ ਹੈ ਮੈਨੂੰ ਸਭ ਤੋਂ ਵੱਧ ਗੱਲ ਜਿਹੜੀ ਵੱਧ ਮੁਤਾਸਰ ਕਰਦੀ ਹੈ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਕਾਫੀ ਸਾਰਾ ਲਿਟਰੇਚਰ ਰਚਿਆ ਬਲਾਸਾਨੀ ਸਾਹਿਬ ਦਾ ਨਾਮ ਪਹਿਲੀ ਵਾਰੀ ਉਦੋਂ ਸੁਣਨ ਨੂੰ ਸਾਨੂੰ ਮਿਲਿਆ ਸੀ ਜਦੋਂ ਗੁਰਸ਼ਾਨ ਸਿੰਘ ਉਹਨਾਂ ਨਾਲ ਅਸੀਂ ਨਾਟਕ ਕਰਨੇ ਸ਼ੁਰੂ ਕੀਤੇ ਸੀ ਕਿਉਂਕਿ ਗੁਰਸ਼ਾਨ ਸਿੰਘ ਉਹਨਾਂ ਦੇ ਨਾਮ ਤੇ ਪਬਲਿਕੇਸ਼ਨ ਕਰਦੇ ਸੀਗੇ ਤੇ ਜਦੋਂ ਵੀ ਅਸੀਂ ਪਿੰਡਾਂ 'ਚ ਨਾਟਕ ਕਰਨ ਜਾਂਦੇ ਸੀ ਤਾਂ ਬਹੁਤ ਸਾਰੀਆਂ ਕਿਤਾਬਾਂ ਦੇ ਬੈਗ ਵੀ ਲੈ ਕੇ ਜਾਂਦੇ ਸੀ ਜਿਹੜੇ ਅਸੀਂ ਸਸਤੇ ਰੇਟ ਤੇ ਜਿਹੜੇ ਪਾਠਕ ਸੀ ਉਹਨਾਂ ਨੂੰ ਉਪਲਬਧ ਕਰਾਉਂਦੇ ਸੀ ਤਾਂ ਬਾਅਦ ਚ ਪਤਾ ਲੱਗਿਆ ਕਿ ਜਦੋਂ ਬਲਰਾਸ ਹਾਨੀ ਸਾਹਿਬ ਨੂੰ ਸਾਇਟ ਅਕੈਡਮੀ ਦਾ ਅਵਾਰਡ ਮਿਲਿਆ ਤਾਂ ਜਿਹੜੇ ਵੀ ਪੈਸੇ ਮਿਲੇ ਉਹਨਾਂ ਨੇ ਉਹ ਗੁਸ਼ਨ ਭਾਜੀ ਨੂੰ ਦਿੱਤੇ ਕਿ ਤੁਸੀਂ ਇੱਕ ਪਬਲਿਕੇਸ਼ਨ ਸ਼ੁਰੂ ਕਰੋ ਇਹਦੇ ਨਾਲ ਇੱਕ ਤਾਂ ਨਵੇਂ ਜਿਹੜੇ ਰਾਈਟਰਸ ਨੇ ਉਹਨਾਂ ਨੂੰ ਉਤਸ਼ਾਹਿਤ ਕਰੋ ਤੇ ਜਿਹੜਾ ਪਾਠਕਾ ਉਹਨੂੰ ਘੱਟ ਤੋਂ ਘੱਟ ਰੇਟ ਤੇ ਕਿਤਾਬ ਉਪਲਬਧ ਹੋਵੇ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਕਿਤਾਬ ਪਹੁੰਚੇ ਤੇ ਦਿਲਚਸਪ ਗੱਲ ਇਹ ਵੀ ਹੈ ਵੀ ਉਹਨਾਂ ਨੇ ਐਮਏ ਇੰਗਲਿਸ਼ ਦੀ ਕੀਤੀ ਫਿਰ ਐਮਏ ਹਿੰਦੀ ਦੀ ਕੀਤੀ ਤੇ ਬੀਬੀਸੀ ਦੇ ਵਿੱਚ ਉਹ ਅਨਾਊਂਸਰ ਹਿੰਦੀ ਦੇ ਸੀ ਪਰ ਲਿਟਰੇਚਰ ਉਹਨਾਂ ਨੇ ਆਪਣੀ ਮਤਲਬ ਮਾਤ ਪਾਸ਼ਾ ਪੰਜਾਬੀ ਦੇ ਵਿੱਚ ਲਿਖਿਆ ਇਹ ਇੱਕ ਦਿਲਚਸਪ ਗੱਲ ਹੈ ਉਹਨਾਂ ਦੇ ਬਾਰੇ ਜਿਹੜਾ ਉਹਨਾਂ ਨੇ ਪੰਜਾਬੀ ਵਨਗੀ ਦਿੱਤੀ ਸੀਗੀ ਉਹ ਸੀਗੀ ਸਫਰਨਾਮੇ ਸਫਰਨਾਮਾ ਜਦੋਂ ਉਹਨਾਂ ਨੇ ਪਾਕਿਸਤਾਨ ਜਦੋਂ ਗਏ ਮੇਰਾ ਪਾਕਿਸਤਾਨੀ ਸਫਰਨਾਮਾ ਲਿਖਿਆ ਫਿਰ ਰਸ਼ੀਆ ਦਾ ਜਦੋਂ ਗਏ ਮੇਰਾ ਰੂਸੀ ਸਫਰਨਾਮਾ ਲਿਖਿਆ ਤੇ ਫਿਰ ਫਿਲਮ ਇੰਡਸਟਰੀ ਕਿਵੇਂ ਕੰਮ ਕਰਦੀ ਹੈ ਉਹਦੇ ਤੇ ਵੀ ਉਹਨਾਂ ਨੇ ਇੱਕ ਸਫਰਨਾਮਾ ਲਿਖਿਆ ਸੋ ਇਹ ਉਹਨਾਂ ਦੀ ਇੱਕ ਦੇਣ ਹੈਗੀ ਹੈ ਇਸ ਤੋਂ ਇਲਾਵਾ ਮਤਲਬ ਸਫਰਨਾਮੇ ਤਾਂ ਲਿਖਿਆ ਹੀ ਉਹਨਾਂ ਨੇ ਹੋਰ ਕੰਗਿਆਚ ਵੀ ਲਿਖਿਆ ਜਿੱਦਾਂ ਉਹਨਾਂ ਨੇ ਫਿਲਮ ਦਾ ਸਕ੍ਰੀਨ ਪਲੇ ਵੀ ਲਿਖਿਆ ਇੱਕ ਦਾ ਜਿਹਨੂੰ ਬਾਅਦ ਚ ਗੁਰੂ ਦੱਤھ ਉਹਨਾਂ ਨੇ ਡਾਇਰੈਕਟ ਕੀਤਾ ਤੇ ਇਸ ਤੋਂ ਇਲਾਵਾ ਕੰਮ ਹੈ ਮਤਲਬ ਕ੍ਰਿਤੀ ਲੋਕਾਂ ਬਾਰੇ ਕਾਫੀ ਕੁਝ ਉਹਨਾਂ ਨੇ ਲਿਖਿਆ ਸੋ ਪਰ ਮੈਨੂੰ ਸਭ ਤੋਂ ਵੱਧ ਜਿਹੜੀ ਵੱਧ ਮੁਤਾਸਰ ਕਰਦੀ ਹੈ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਕਾਫੀ ਸਾਰਾ ਲਿਟਰੇਚਰ ਰਚਿਆ ਜਦੋਂ ਕਿ ਉਹ ਹਿੰਦੀ ਦੇ ਵੀ ਗਿਆਤਾ ਸੀਗੇ ਤੇ ਇੰਗਲਿਸ਼ ਦੇ ਵੀ ਐਕਟਰ ਜਿਹੜੇ ਉਹ ਸੀਗੇ ਉਹ ਬਾਕੀ ਐਕਟਰਸ ਨਾਲੋਂ ਇਦਾਂ ਲੱਗ ਸੀ ਕਿ ਉਹਨਾਂ ਨੇ ਐਕਟਿੰਗ ਦੇ ਇੱਕ ਨਵੀਂ ਕਹਿ ਲੋ ਸਕੂਲ ਲੈ ਕੇ ਆਏ ਜਿਹਨੂੰ ਜਥਾਰਤਵਾਦੀ ਸਕੂਲ ਕਿਹਾ ਜਾਂਦਾ ਹੈ ਤੇ ਮੈਨੂੰ ਪੜਨ ਤੇ ਪਤਾ ਲੱਗਿਆ ਕਿ ਉਹ ਜਦੋਂ ਬੀਬੀਸੀ ਦੀ ਹਿੰਦੀ ਸਰਵਿਸ ਲਈ ਇੰਗਲੈਂਡ ਗਏ ਸੀ ਤਾਂ ਉੱਥੇ ਇੱਕ ਔਰਤ ਉਹਨਾਂ ਨੂੰ ਮਿਲੀ ਜਿਹੜੀ ਸਿਨੇਮਾ ਦੇ ਨਾਲ ਬავਸਤਾ ਸੀਗੀ ਉਹਨੇ ਉਹਨਾਂ ਨੂੰ ਰਸ਼ੀਅਨ ਸਿਨੇਮਾ ਦੇ ਨਾਲ ਤਾਰੂਫ ਕਰਾਇਆ ਉਹਨਾਂ ਦਾ ਤੇ ਯੂਰੋਪੀਅਨ ਸਿਨੇਮਾ ਜਿਹੜਾ ਨਾਵ ਜਥਾਰਵਾਦੀ ਸਿਨੇਮਾ ਉਹ ਤੋਂ ਬਣ ਰਿਹਾ ਸੀਗਾ ਉਦੇ ਨਾਲ ਕਰਾਇਆ ਤੇ ਉਥੋਂ ਉਹਨਾਂ ਨੂੰ ਕਾਲਮਾਰਕਸ ਐਂਗਲਸ ਇਹਨਾਂ ਬਾਰੇ ਪਤਾ ਲੱਗਿਆ ਤਾਂ ਉਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਉਥੋਂ ਪਤਾ ਲੱਗਿਆ ਜਦੋਂ ਫਿਰ ਉਥੋਂ ਵਾਪਸ ਆਏ ਤਾਂ ਫਿਰ ਇੱਥੇ ਆ ਕੇ ਐਪਟਾ ਨਾਲ ਜੁੜੇ ਐਪਟਾ ਜਿਹੜੀ ਪ੍ਰੋਗਰੈਸਿਵ ਨਾਟਕ ਜਥੇਬੰਦੀ ਸੀਗੀ ਤੇ ਉਹਦੇ ਨਾਲ ਉਹਨਾਂ ਦੀ ਵਾਈਫ ਤੇ ਮਯੰਤੀ ਵੀ ਸੀ OBCGF ਇੰਡੀਆ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਪ੍ਰਧਾਨ ਵੀ ਬਣੇ ਤੇ ਜਵਾਲਾ ਨਾਰੀ ਯੂਨੀਵਰਸਿਟੀ ਜਦੋਂ ਬਣੀ ਪਹਿਲੀ ਵਾਰੀ ਕਨਵੋਕੇਸ਼ਨ ਤੇ ਉਹ ਬੋਲੇ ਤਾਂ ਸੋਸ਼ਲ ਸਾਇੰਸ ਦੀ ਮਤਲਬ ਸਾਡੇ ਸਮਾਜ ਸਾਡੇ ਸਾਡੇ ਸਾਰਿਆਂ ਦੇ ਲਈ ਕੀ ਮਹੱਤਤਾ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਵੀ ਜਵਾਲਾ ਨਹਿਰੂ ਯੂਨੀਵਰਸਿਟੀ ਦੀ ਕੀ ਮਹੱਤਤਾ ਹੋ ਸਕਦੀ ਹੈ ਜਿਹੜੀ ਆਉਣ ਵਾਲੇ ਸਾਲਾਂ ਚ ਸਾਨੂੰ ਪਤਾ ਵੀ ਲੱਗੇ ਇਸ ਤੋਂ ਇਲਾਵਾ ਫਿਰ ਪੰਜਾਬੀ ਫਿਲਮ ਸਤਲੋਜ ਦੇ ਕੰਢੇ ਚ ਜਿਹਨੂੰ ਨੈਸ਼ਨਲ ਅਵਾਰਡ ਮਿਲਿਆ ਉਹਨਾਂ ਨੇ ਕੰਮ ਕੀਤਾ ਤੇ ਦੋ ਫਿਲਮਾਂ ਹੋਰ ਜਿਹੜੀਆਂ ਬਹੁਤ ਉਹਨਾਂ ਨੇ ਕਮਾਲ ਦੀਆਂ ਕੀਤੀਆਂ ਇੱਕ ਸੀਗੀ 2 ਬਿਗਾ ਜ਼ਮੀਨ ਬਿਮਲ ਰਾਏ ਸਾਹਿਬ ਦੀ ਜਿਹਦੇ ਚ ਇੱਕ ਕਿਸਾਨ ਦੀ ਜਿਹੜੀ ਤਰਸਦੀ ਆ ਭਾਰਤ ਦੇ ਵਿੱਚ ਉਹਨੂੰ ਉਹ ਸਾਹਮਣੇ ਲੈ ਕੇ ਆਏ ਤੇ ਇੱਕ ਜਿਹੜੀ ਪਾਰਟੀਸ਼ਨ ਸਾਡੇ ਐਡਾ ਵੱਡਾ ਦੁਖਾਂਤ ਆ ਪੰਜਾਬੀਆਂ ਦੇ ਲਈ ਉਹਦੇ ਤੇ ਗਰਮ ਹਵਾ ਜਿਹੜੀ ਫਿਲਮ ਬਣੀ ਸੀ ਉਹਨਾਂ ਚ ਉਹਨਾਂ ਨੇ ਕਿਦਾਂ ਦੇ ਮੁਸਲਮਾਨ ਕਰੈਕਟਰ ਨੂੰ ਜਿਉਂਦਾ ਕੀਤਾ ਜਿਹੜਾ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਮਤਲਬ ਕਿਉਂਕਿ ਇੱਥੇ ਰਹਿ ਰਿਹਾ ਉਹਨੂੰ ਇਹੀ ਲੱਗਦਾ ਵੀ ਇਹੀ ਮੇਰੀ ਧਰਤੀ ਆ ਮੈਂ ਕਿਉਂ ਉੱਥੇ ਜਾਵਾਂ ਪਰ ਅੰਤ ਚ ਉਹਨੂੰ ਮਜਬੂਰੀ ਚ ਜਾਣਾ ਪੈਂਦਾ ਕਿਉਂਕਿ ਉਹ ਇਹ ਗੱਲ ਕਰਦਾ ਕਿ ਜਿਹੜਾ ਉਹਨਾਂ ਦਾ ਆਖਰੀ ਡਾਇਲੋਗ ਵੀ ਸੀ ਕਿਉਂਕਿ ਉਸ ਤੋਂ ਬਾਅਦ ਇਸ ਫਿਲਮ ਦੀ ਡਬਿੰਗ ਤੋਂ ਬਾਅਦ ਹੀ ਇਮੀਡੀਏਟਲੀ ਉਹਨਾਂ ਦੀ ਡੈਥ ਵੀ ਹੋ ਗਈ ਸੀ ਕਿ ਇਨਸਾਨ ਇਕੱਲਾ ਕਦੋਂ ਤੱਕ ਜੀ ਸਕਦਾ ਸੋ ਇੱਥੇ ਵੀ ਜਿੱਦਾਂ ਮੈਂ ਜਗਰਾਉਂਦਾ ਰਹਿਣ ਵਾਲਾ ਤੇ ਉਹ ਟੁੱਡੀਕੇ ਵੀ ਆਉਂਦੇ ਰਹੇ ਆ ਉਸ ਤੋਂ ਬਾਅਦ ਪ੍ਰੀਤ ਲੜੀ ਮਤਲਬ ਉਹਦੇ ਚ ਲਿਖਦੇ ਵੀ ਰਹੇ ਆ ਤੇ ਪ੍ਰੀਤ ਲੜੀ ਜਿਹੜਾ ਪੈਨ ਬਣਾਇਆ ਗਿਆ ਸੀ ਅੰਮ੍ਰਿਤਸਰ ਦੇ ਨੇੜੇ ਉੱਥੇ ਵੀ ਆਉਂਦੇ ਰਹੇ ਆ ਤੇ ਇੱਕ ਚੀਜ਼ ਮੈਂ ਮੈਂ ਉਹਦੇ ਬਾਰੇ ਕਨਫਰਮ ਨਹੀਂ ਕਰਦਾ ਬਟ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹਨਾਂ ਨੇ ਜਿਹੜਾ ਟਾਈਪ ਰਾਈਟਰ ਹੈ ਪੰਜਾਬੀ ਚ ਪਹਿਲੀ ਵਾਰੀ ਸ਼ਾਇਦ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਉਹਦੇ ਤੇ ਟਾਈਪ ਕਰਨ ਦੀ ਜਾਂ ਉਹਨਾਂ ਨੇ ਬਣਾਇਆ ਵੀ ਸੀ ਸੋ ਬਲਰਾਜ ਸਾਨੀ ਦੀ ਜਿਹੜੀ ਪਰਸਨੈਲਿਟੀ ਹੈ ਉਹਦੇ ਬਹੁਤ ਸਾਰੇ ਐਂਗਲਸ ਨੇ ਇੱਕ ਚੰਗਾ ਇਨਸਾਨ ਜਿਹੜਾ ਮਿਹਨਤ ਕਸ਼ਾਂ ਦੇ ਲਈ ਖੜਨਾ ਚਾਹੁੰਦਾ ਇੱਕ ਕਮਾਲ ਦਾ ਐਕਟਰ ਪੰਜਾਬੀ ਦਾ ਵਧੀਆ ਰਾਈਟਰ ਹਿੰਦੀ ਦਾ ਵੱਡਾ ਅਨਾਉਂਸਰ ਤੇ ਅੰਗਰੇਜ਼ੀ ਦਾ ਪ੍ਰੋਫੈਸਰ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਇੱਕ ਆਈਡੀਅਲ ਪੰਜਾਬੀ ਜਦੋਂ ਆਪਾਂ ਦੀ ਤਸਵੀਰ ਦੇਖਣਾ ਚਾਹੁੰਦੇ ਆ ਤੇ ਬਲਰਾਜ ਸਾਨੀ ਇੱਕ ਆਈਡੀਅਲ ਪੰਜਾਬੀ ਵਜੋਂ ਸਾਡੇ ਸਾਹਮਣੇ ਆਉਂਦੇ ਤੇ ਸਿਰਫ ਇਹ ਨਹੀਂ ਵੀ ਪੰਜਾਬੀ ਹੋਣ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਲਿਮਟ ਕਰ ਲਿਆ ਇਵਨ ਇੰਟਰਨੈਸ਼ਨਲ ਲੈਵਲ ਤੇ ਜਦੋਂ ਪੀਸ ਦੀਆਂ ਕੋਸ਼ਿਸ਼ਾਂ ਹੋਈਆਂ ਕਿਉਂਕਿ ਲਾਵਨਪਿੰਡੀ ਚ ਪੈਦਾ ਹੋਏ ਸੀ 47 ਤੋਂ ਬਾਅਦ ਵੀ ਉਹਨਾਂ ਨੂੰ ਹਮੇਸ਼ਾ ਇਹ ਲੱਗਿਆ ਕਿ ਪਾਕਿਸਤਾਨ ਦੇ ਨਾਲ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ ਇਸ ਤੋਂ ਇਲਾਵਾ ਇੰਟਰਨੈਸ਼ਨਲ ਸੰਮੇਲ ਨੂੰ ਇੰਡੀਆ ਚ ਉਹਨਾਂ ਨੇ ਇੰਟਰੋਡਿਊਸ ਕੀਤਾ ਤੇ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਸੋ ਬਲਰਾਸ ਸਾਨੀ ਸਾਡੇ ਆਈਡੀਅਲ ਨੇ ਤੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਸਾਨੂੰ ਲੱਗਦਾ ਕਿ ਜਸ ਕਸਮ ਦਾ ਕੰਮ ਉਹ ਕਰਨਾ ਚਾਹੁੰਦੇ ਸੀ ਤੇ ਅੱਜ ਜਿਹੜੇ ਵੀ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਕਲਾਕਾਰ ਨੂੰ ਲੱਗਦਾ ਸਾਨੂੰ ਉਹਨਾਂ ਦੇ ਕੰਮ ਨੂੰ ਅੱਗੇ ਵਧਾਉਣਾ ਚਾਹੀਦਾ